ਜਿਹੜੇ ਬਾਹਰਲੀਆਂ ਸਟੇਟਾਂ ਆ, ਐਮ ਪੀ ਆ, ਆਪਣਾ ਛੱਤੀਸਗੜ੍ਹ ਆ, ਮਹਾਰਾਸ਼ਟਰ ਆ, ਇਹਨਾਂ ਦੇ ਵਿੱਚ 80% ਕੋਟਾ ਜਿਹੜਾ ਆ ਉਹ ਪ੍ਰਾਈਵੇਟ ਨੌਕਰੀਆਂ ਦਾ ਸਟੇਟ ਦੇ ਬੱਚਿਆਂ ਨੂੰ ਦਿੱਤਾ ਜਾਂਦਾ। ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ। 2-3 ਮਹੀਨੇ ਰਹਿ ਗਏ, 2 ਮਹੀਨੇ ਇਲੈਕਸ਼ਨ ਦੇ ਵਿੱਚ, ਅਤੇ ਹੁਣ ਤੁਸੀਂ 3 ਰੁਪਏ ਕਹਿੰਦੇ ਯੂਨਿਟ ਸਸਤਾ ਕਰਦੇ ਆ, ਇਹਦਾ ਇਲੈਕਸ਼ਨ ਕਰਕੇ ਕਰ ਰਹੇ ਆ, ਜੇ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਮੁੱਕਰ ਜਾਣਾ। ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਮੇਰੇ ਨਾਲ ਸੁਰਿੰਦਰ ਸਿੰਘ ਸੋਢੀ ਜਲੰਧਰ ਕੈਂਟ ਹਲਕਾ ਦੇ ਉਮੀਦਵਾਰ ਮੌਜੂਦ ਨੇ। ਗੱਲਬਾਤ ਕਰ, ਕਿਸ ਵਿਸ਼ੇ ਨੂੰ ਲੈ ਕੇ ਅੱਜ ਜਿਹੜੀ ਤੁਸੀਂ ਇੱਧਰ ਬੇਰੁਜ਼ਗਾਰੀ ਨੂੰ ਲੈ ਕੇ ਗੱਲਬਾਤ, ਕੀ ਹੈ ਪੂਰਾ ਮੁੱਦਾ? ਮੁੱਦਾ ਜ਼ਿਆਦਾ ਬੇਰੁਜ਼ਗਾਰੀ ਦਾ ਆ, ਕਿਉਂਕਿ ਉਹਦੇ ਵਿੱਚ ਅਸੀਂ ਇੱਕ ਤਾਂ ਮੈਂ ਪੁਆਇੰਟ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਬਾਹਰਲੀਆਂ ਸਟੇਟਾਂ ਆ, ਐਮ ਪੀ ਆ, ਆਪਣਾ ਛੱਤੀਸਗੜ੍ਹ ਆ, ਮਹਾਰਾਸ਼ਟਰ ਆ, ਇਹਨਾਂ ਦੇ ਵਿੱਚ 80% ਕੋਟਾ ਜਿਹੜਾ ਆ ਉਹ ਪ੍ਰਾਈਵੇਟ ਨੌਕਰੀਆਂ ਦਾ ਸਟੇਟ ਦੇ ਬੱਚਿਆਂ ਨੂੰ ਦਿੱਤਾ ਜਾਂਦਾ। ਪੰਜਾਬ 'ਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ, ਔਰ ਇੱਥੇ ਪੰਜਾਬ 'ਚ ਵੀ ਬਣਾਉਣੀ ਚਾਹੀਦੀ, ਲਾਗੂ ਹੋਣਾ ਚਾਹੀਦਾ, ਸਾਡੇ ਬੱਚਿਆਂ ਨੂੰ ਫਿਰ ਜ਼ਿਆਦਾ ਨੌਕਰੀਆਂ ਮਿਲਣਗੀਆਂ। ਪੰਜਾਬ ਡੋਮੋਸਿਲ ਸਰਟੀਫਿਕੇਟ ਜਿਹੜੀ ਆ ਉਹ ਲੈਣਾ ਚਾਹੀਦਾ, ਅਤੇ ਉਹਦੇ ਐਕਸਟਰਾ ਨੰਬਰ ਇਹਨਾਂ ਨੂੰ ਮਿਲਣੇ ਚਾਹੀਦੇ ਆ ਤਾਂ ਕਿ ਉਹ ਜੋਬ ਦੇ ਵਿੱਚ ਅੱਗੇ ਆ ਸਕਣ। ਇਸ ਦੇ ਨਾਲ ਨਾਲ ਭਰਤੀਆਂ ਜਿਹੜੀਆਂ ਹੁੰਦੀਆਂ ਆ ਉਹ ਪ੍ਰਾਈਵੇਟ ਟਾਟਾ ਕੰਸਲਟੈਂਸੀ ਜਿਹੜੀ ਆ ਉਹਤੋਂ ਕਰਵਾਈ ਜਾ ਰਹੀ ਸਾਰੀ, ਜਦਕਿ ਸਾਡੇ ਕੋਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬੋਰਡ ਆ, ਅਤੇ ਪੰਜਾਬ ਬੋਰਡ ਜਿਹੜਾ ਪੰਜਾਬ ਸਬਆਰਡੀਨੇਟ ਸਰਵਿਸਿਜ਼ ਬੋਰਡ ਜਿਹੜਾ ਆ ਇਹ ਇਸੇ ਕੰਮ ਲਈ ਆ, ਭਰਤੀਆਂ ਦੇ ਲਈ, ਔਰ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਆ। ਇਹ ਜਦੋਂ ਕੰਪਨੀਆਂ ਨੂੰ ਇਹ ਬੋਰਡ ਜਿਹੜੇ ਉਹਨਾਂ ਨੂੰ ਦੇ ਦਿੰਦੇ ਆ, ਉਹਨਾਂ ਨੂੰ ਤੁਸੀਂ ਹਾਇਰ ਕਰਦੇ ਆ, ਪੈਸਾ ਦਿੰਦੇ ਆ, ਅਤੇ ਪੈਸੇ ਉਸ ਨੂੰ ਸੇਵ ਕਰਨ ਦੀ ਲੋੜ ਆ, ਅਤੇ ਤੁਸੀਂ ਜੇਕਰ ਤੁਸੀਂ ਕੰਪਿਊਟਰਾਈਜ਼ ਕਰਦੇ ਆ ਤਾਂ ਉੱਥੇ ਸੋਫਟਵੇਅਰ ਹੀ ਬਣਾਉਣੇ ਆ ਨਾ, ਅਤੇ ਸੋਫਟਵੇਅਰ ਬਣਵਾ ਕੇ ਆਪ ਇਹ ਭਰਤੀਆਂ ਕਰਨੀਆਂ ਚਾਹੀਦੀਆਂ। ਉਹ ਸੋਫਟਵੇਅਰਾਂ ਦੇ ਵਿੱਚ ਜਦੋਂ ਇਹ ਪੇਪਰ ਸੈੱਟ ਕਰਦੇ ਆ ਉਹਦੇ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਆ, ਅਤੇ ਉਹ ਪੇਪਰ ਇਹਨਾਂ ਨੂੰ ਕੈਂਸਲ ਕਰਨੇ ਪੈਂਦੇ ਆ। ਉਹ ਜਦੋਂ ਕੈਂਸਲ ਕਰਨੇ ਪੈਂਦੇ ਆ ਤਾਂ ਉਹ ਟਾਈਮ ਜਿਹੜਾ ਹੋਰ ਲੱਗ ਜਾਂਦਾ, ਉਹਦੇ 'ਚ ਬਹੁਤ ਸਾਰੇ ਕੈਂਡੀਡੇਟ ਸਾਡੇ ਜਿਹੜੇ ਆ ਉਹ ਓਵਰਏਜ ਹੋ ਜਾਂਦੇ ਆ, ਔਰ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਸਹੀ ਕੰਮ ਹੋ ਸਕੇ। ਸਰਕਾਰ ਵੱਲੋਂ ਤਾਂ ਇਹ ਦਾਅਵੇ ਕੀਤੇ ਜਾ ਰਹੇ ਕਿ ਉਹਨਾਂ ਵੱਲੋਂ ਨੌਕਰੀਆਂ ਜਾਂ ਲੋਕ ਹਿੱਤ ਵਿੱਚ ਕੰਮ ਕੀਤਾ ਜਾ ਰਿਹਾ। ਦੇਖੋ, ਸਰਕਾਰ ਦਾਅਵੇ ਕਰਦੀ ਹੁੰਦੀ ਆ, ਗਰਾਊਂਡ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਉਦੋਂ ਕੁਛ ਨਹੀਂ ਹੁੰਦਾ। ਜੇ ਦਾਅਵੇ ਹੀ ਕੀਤੇ ਜਾਂਦੇ ਹੋਣ ਤਾਂ ਅਨਇੰਪਲਾਇਮੈਂਟ ਯੂਥ ਜਿਹੜਾ ਆ ਉਹ ਧਰਨੇ ਕਿਉਂ ਲਾਵੇ? ਉਹ ਤਾਂ ਆਪਾਂ ਨੂੰ ਦਿਖ ਜਾਂਦਾ, ਤੁਸੀਂ ਰੋਜ਼ ਕਵਰ ਕਰਦੇ ਆ, ਵਾਅਦੇ ਕਰਨੇ ਹੋ ਰਿਹਾ ਅਤੇ ਕੰਮ ਕਰਨਾ ਅਲੱਗ ਗੱਲ ਆ। ਜੇਕਰ ਗੱਲ ਕਰੀਏ ਜਿਹੜਾ ਕੱਲ੍ਹ ਪੰਜਾਬ ਸਰਕਾਰ ਦਾ ਬਿਜਲੀ ਦੇ ਮੁੱਦੇ ਨੂੰ ਲੈ ਕੇ ਫੈਸਲਾ ਆਇਆ, ਇਸ ਨੂੰ ਕਿਵੇਂ ਦੇਖਦੇ ਹੋ? ਉਹ ਇੱਕ ਇਲੈਕਸ਼ਨ ਸਟੰਟ ਆ, ਪਿਛਲੇ 5 ਸਾਲ ਤੋਂ ਤਾਂ ਉਹਨਾਂ ਨੇ ਕੀਤਾ ਨੀਗਾ, ਹੁਣ ਜਦੋਂ 2-3 ਮਹੀਨੇ ਰਹਿ ਗਏ, 2 ਮਹੀਨੇ ਇਲੈਕਸ਼ਨ ਦੇ ਵਿੱਚ, ਅਤੇ ਹੁਣ ਤੁਸੀਂ 3 ਰੁਪਏ ਕਹਿੰਦੇ ਯੂਨਿਟ ਸਸਤਾ ਕਰਦੇ ਆ, ਅਤੇ ਉਹ 4-4.5 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀਗਾ, ਜਦੋਂ ਸਰਕਾਰ ਆਈ ਸੀਗੀ ਉਦੋਂ ਹੀ ਕਰਨੇ ਚਾਹੀਦੇ ਸੀ। ਇਹਦਾ ਇਲੈਕਸ਼ਨ ਕਰਕੇ ਕਰ ਰਹੇ ਆ, ਜੇ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਮੁੱਕਰ ਜਾਣਾ। ਕਹਿਣ ਦਾ ਮਤਲਬ ਤੁਹਾਡਾ ਇਹ ਹੈ ਕਿ ਜੋ ਵੀ ਕੀਤਾ ਗਿਆ ਪੋਲੀਟੀਕਲ ਇੱਕ ਰਾਜਨੀਤਿਕ ਸਟੰਟ ਹੈ? ਆਪਾਂ ਤਾਂ 70 ਸਾਲ ਤੋਂ ਦੇਖ ਰਹੇ ਹਾਂ ਇਹ ਰਾਜਨੀਤਿਕ ਸਟੰਟ ਹੀ ਆ, ਕਿਉਂਕਿ ਹਰ ਇਲੈਕਸ਼ਨ ਦੇ ਵਿੱਚ ਇੱਦਾਂ ਦੀਆਂ ਗੱਲਾਂ ਆਉਂਦੀਆਂ ਸਾਹਮਣੇ। ਉਹ ਉਹਨਾਂ ਦਾ ਧਾਰਮਿਕ ਦੌਰਾ, ਉਹਨਾਂ ਦੀ ਆਪਣੀ ਮਨੋਕਾਮਨਾ ਹੋਏਗੀ, ਪੂਰੀ ਕਰਨ ਗਏ ਆ, ਹਰ ਇੱਕ ਨੂੰ ਹੱਕ ਆ ਆਪਣਾ ਜਾਣ ਦਾ, ਅਤੇ ਜੇ ਚੱਲੇ ਵੀ ਗਏ, ਮੇਰਾ ਤਾਂ ਉਹਦੇ ਨਾਲ ਕੋਈ ਇੱਦਾਂ ਦਾ ਹੈ ਨਹੀਂ ਗਾ। ਤੁਹਾਨੂੰ ਜਲੰਧਰ ਕੈਂਟ ਤੋਂ ਹਲਕਾ ਉਮੀਦਵਾਰ ਚੁਣਿਆ ਗਿਆ ਆਮ ਆਦਮੀ ਪਾਰਟੀ ਵੱਲੋਂ, ਕਿਹਨੂੰ ਦੇਖਦੇ ਹੋ ਕੰਪੀਟੀਟਰ ਜਲੰਧਰ ਕੈਂਟ ਦੇ? ਦੇਖੋ, ਅਕਾਲੀ ਦਲ ਕਾਂਗਰਸ ਕੰਪੀਟੀਟਰ ਤਾਂ ਹੈਗਾ ਹੀ ਆ, ਬਾਕੀ ਲੋਕਾਂ ਨੇ ਦੇਖਣਾ ਹੈ, ਅਤੇ ਲੋਕਾਂ ਨੂੰ ਪਤਾ ਆ, ਉਹਨਾਂ ਨੇ ਦੇਖ ਲਿਆ 70 ਸਾਲ ਕਾਂਗਰਸ ਨੂੰ, ਅਕਾਲੀਆਂ ਨੂੰ, ਅਤੇ ਇਹਨਾਂ ਨੇ ਕੀਤਾ ਕੁਛ ਨਹੀਂ, ਅਤੇ ਨਵੀਂ ਪਾਰਟੀ ਜਿਹੜੀ ਆ ਇਸ ਵੇਲੇ ਉਹ ਸਹੀ ਕੰਮ ਕਰ ਰਹੀ ਆ, ਦਿੱਲੀ 'ਚ ਉਹ ਪੋਲਸੀਆਂ ਪੰਜਾਬ 'ਚ ਲਾਗੂ ਹੋਣੀਆਂ। ਪੜ੍ਹੇ ਲਿਖੇ ਲੋਕ ਆ, ਸਿਆਣੇ ਆ, ਉਹ ਜ਼ਰੂਰ ਇਹ ਦੇਖ ਕੇ ਵੋਟ ਪਾਉਣਗੇ, ਆਮ ਆਦਮੀ ਪਾਰਟੀ ਨੂੰ ਮੌਕਾ ਦਊਗੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਉਮੀਦਵਾਰ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਇਹੀ ਕਹਿਣਾ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਹੈਗੀ ਹੈ ਲੋਕਾਂ ਦੇ ਨਾਲ ਸਿਰਫ਼ ਇੱਕ ਨਾਰੇ ਲਗਾ ਰਹੀ ਹੈ, ਜੋ ਵੀ ਇਹਨਾਂ ਦੇ ਵੱਲੋਂ ਐਲਾਨ ਕੀਤੇ ਗਏ ਨੇ ਕੋਈ ਇੱਕ ਰਾਜਨੀਤੀ ਸਟੰਟ ਨੇ। ਜਲੰਧਰ ਤੋਂ ਕਮਲਜੀਤ ਫੈਕਟਰੀ।